ਜਿਹੜੇ ਗੈਸਟ ਨੇ ਅੱਜ ਸਾਨੂੰ ਜੁਆਇਨ ਕਰਨਾ ਸੀ ਉਹ ਇਸ ਵੇਲੇ ਸਟੂਡੀਓ 'ਚ ਮੇਰੇ ਨਾਲ ਨੇ ਹਿੰਦੀ ਤੇ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਨੇ ਫਿਲਮ ਸਾਖ ਦੇ ਵਿੱਚ ਮੇਨ ਲੀਡ ਰੋਲ ਦੇ ਵਿੱਚ ਤੁਸੀਂ ਇਹਨਾਂ ਨੂੰ ਦੇਖਿਆ ਹੋਣਾ ਕਰਮ ਸਿੰਘ ਦੀ ਇਹਨਾਂ ਨੇ ਭੂਮਿਕਾ ਨਿਭਾਈ ਸੀ ਜੋਬਨਪ੍ਰੀਤ ਸਿੰਘ ਸਟੂਡੀਓ ਦੇ ਵਿੱਚ ਇਸ ਵੇਲੇ ਮੇਰੇ ਨਾਲ ਨੇ ਇਹ ਸਿਰਫ ਐਕਟਰ ਹੀ ਨਹੀਂ ਸਗੋਂ ਸਟੋਰੀ ਰਾਈਟਰ ਵੀ ਨੇ ਸੋ ਫਿਲਮ ਸਾਖ ਦੀ ਰਿਲੀਜ਼ ਹੋਣ ਤੋਂ ਕੁਝ ਮਹੀਨੇ ਬਾਅਦ ਇਹਨਾਂ ਦੀ ਲਾਈਫ 'ਚ ਕੁਝ ਔਖਾ ਸਮਾਂ ਆਇਆ ਸੀ ਇਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਉਹ ਕੀ ਸੀ ਤੇ ਨਾਲੇ ਅੱਗੇ ਇਹਨਾਂ ਦੇ ਫਿਊਚਰ ਪਲਾਨਸ ਕੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਰੈਡ ਐਫਐਮ ਦੇ ਫੇਸਬੁਕ ਪੇਜ ਤੇ ਇਸ ਵੇਲੇ ਇਹ ਇੰਟਰਵਿਊ ਲਾਈਵ ਬ੍ਰਾਡਕਾਸਟ ਵੀ ਹੋ ਰਿਹਾ ਸੋ ਤੁਸੀਂ ਦੇਖ ਵੀ ਸਕਦੇ ਹੋ ਸੁਣ ਵੀ ਸਕਦੇ ਹੋ ਜਵਨਪ੍ਰੀਤ ਸਿੰਘ ਜੀ वेलकम ਟੂ ਆਰ ਸਟੂਡੀਓ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮ ਕਿਵੇਂ ਦਾ ਲੱਗ ਰਿਹਾ ਜੀ ਬਹੁਤ देर ਬਾਅਦ ਆਏ ਹਾਂ ਸਟੂਡੀਓ 'ਚ ਤੁਸੀਂ ਹਾਂ ਕਾਫੀ ਮੇਰੇ ਖਿਆਲ ਨਾਲ ਮੈਂ ਐਸੇ 19 'ਚ ਆਇਆ ਸੀ ਪਹਿਲੀ ਵਾਰੀ ਹਾਂ 19 ਤੋਂ ਬਾਅਦ 22 'ਚ 3 ਸਾਲ ਲੱਗਿਆ ਆਪਾਂ ਆਈ ਥਿੰਕ ਸਾਖ ਦੀ ਰਿਲੀਜ਼ ਤੋਂ ਬਾਅਦ ਆਈ ਸੀ ਤੁਸੀਂ ਹਾਂਜੀ ਸਾਖ ਦੀ ਰਿਲੀਜ਼ ਤੋਂ ਬਾਅਦ ਆਈ ਉਹਦੇ ਬਾਅਦ ਤਾਂ ਫਿਰ ਕੋਵਿਡ ਆ ਗਿਆ ਹਾਂ ਤੇ ਮੇਰੀ ਉਹ ਥੋੜੀ ਜੀ ਤੁਹਾਨੂੰ ਦੱਸਿਆਈ ਹ ਹੁਣ ਥੋੜੀ ਜੀ ਪ੍ਰੋਬਲਮ ਆਈ ਸੀ ਤਾਂ ਉਹ ਤੋਂ ਬਾਅਦ ਹੁਣ ਮੇਰਾ ਚੱਕਰ ਲੱਗਿਆ ਫਿਰ ਤੇ ਕੋਵਿਡ ਨੇ ਤੁਹਾਨੂੰ ਕਿਵੇਂ डील ਕੀਤਾ ਤੁਸੀਂ ਕੋਵਿਡ ਨਾਲ ਕਿਉਂਕਿ ਕਾਫੀ ਫਿਲਮਾਂ ਸਲੋ ਹੋ ਗਿਆ ਸੀ ਰੁਕੀਆਂ ਹੋਈਆਂ ਸੀ ਸੋ ਤੁਸੀਂ ਇਹਦੇ ਨਾਲ ਕਿਵੇਂ ਡੀਲ ਕੀਤਾ ਦੇਖੋ ਕੋਵਿਡ ਨਾਲ ਤਾਂ ਸਾਰੇ ਨਹੀਂ ਡੀਲ ਕੀਤਾ ਮੈਂ ਇਕੱਲੇ ਨਹੀਂ ਮੇਰੇ ਆ ਥੋੜਾ ਜਿਹਾ ਹੋਰ ਵੀ ਸੀ ਮੇਰੇ ਇੱਕ ਪ੍ਰੋਬਲਮ ਵੀ ਆਈ ਸੀ ਕਿ ਨੈਕ ਦੇ ਵਿੱਚ ਤਾਂ ਬ੍ਰੇਨ ਇੰਜਰੀ ਹੋਈ ਸੀ ਇੱਕ ਉਹ ਸੇਮ ਪੀਰੀਅਡ ਸੀਗਾ ਤਾਂ ਇੱਕ ਜਨਵਰੀ ਨੂੰ ਹੋਈ ਸੀ ਪ੍ਰੋਬਲਮ ਤੇ ਫਰਵਰੀ ਚ ਲਾਕਡਾਊਨ ਲੱਗੇ ਤੇ ਮੈਨੂੰ 4-5 ਮਹੀਨੇ ਲੱਗੇ ਸੀ ਉਹਨੂੰ ਰਿਕਵਰ ਹੋਣ ਨੂੰ ਤਾਂ ਉਹ ਕੋਵਿਡ ਦੇ ਵਿੱਚ ਰਿਕਵਰ ਹੋ ਗਿਆ ਸੋ ਠੀਕ ਹੁੰਦਾ ਹੁੰਦਾ ਜਦੋਂ ਕੋਵਿਡ ਵਿੱਚ ਲੱਗਿਆ ਮੈਂ ਠੀਕ ਹੋ ਗਿਆ ਹਾਂਜੀ ਸੋ ਜਵਨਪ੍ਰੀਤ ਜੀ ਤੁਸੀਂ ਇੱਕ ਬੜੀ ਸਿੰਪਲ ਜੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਤੁਹਾਡੀ ਫਿਲਮ ਫਿਲਮਾਂ ਨਾਲ ਕੋਈ ਕਨੈਕਸ਼ਨ ਹੈ ਨਹੀਂ ਸੀ ਪਹਿਲਾਂ ਬੈਕਗ੍ਰਾਉਂਡ ਤੇ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਵੀ ਸੀਗੇ ਹਾਂਜੀ ਤੁਸੀਂ ਉਧਰੋਂ ਇੱਧਰ ਲਈ ਲਾਈਨ ਦੇ ਵਿੱਚ ਫੀਲਡ ਦੇ ਵਿੱਚ ਕਿਵੇਂ ਆਏ ਇਹ ਨਾ ਜਦੋਂ ਮੈਂ ਕੰਮ ਪੁਲਿਸ 'ਚ ਵੀ ਸੀ ਹੈ ਨਾ ਤਾਂ ਮੈਂ ਲਿਖਦਾ ਲਿਖਣ ਦਾ ਮੈਨੂੰ ਸ਼ੌਂਕ ਸੀਗਾ ਤੇ ਪਹਿਲਾਂ ਥੀਏਟਰ ਦਾ ਸੀਗਾ ਤਾਂ ਉਹ ਨਾਲ-ਨਾਲ ਕਰਦਾ ਗਿਆ ਜਦੋਂ ਤਾਂ ਕਿਤੇ ਜਾ ਕੇ ਮੈਨੂੰ ਇਦਾਂ ਦਾ ਸਟਾਪ ਜਾਇਆ ਵੀ ਯਾਰ ਅ ਵੀ ਐਠੀ ਕਾ ਹੁਣ ਤੋ ਇੱਕ ਚੀਜ਼ ਕਰਕੇ ਦੇਖ ਲਈ ਹੁਣ ਨਵੀਂ ਚੀਜ਼ ਆਪਾਂ ਕੋਈ ਟਰਾਈ ਕਰਦੇ ਆਂ ਹੂੰ ਤਾਂ ਫਿਰ ਮੈਂ ਕਿਹਾ ਵੀ ਆਪਣਾ ਜਿਹੜਾ ਸ਼ੌਂਕ ਆ ਉਹਨੂੰ ਆਪਾਂ ਅੱਗੇ ਵਧਾਈਏ ਤਾਂ ਫਿਰ ਮੈਂ ਲਿਖਦਾ ਲਿਖਦਾ ਨਾਲ ਨਾਲ ਫਿਰ ਮੈਜ ਐਂਟਰੀ ਹੋ ਗਈ ਐਕਸਪੈਰੀਮੈਂਟ ਕਰਨ ਦਾ ਸ਼ੌਕ ਆ ਤੁਹਾਨੂੰ ਨਹੀਂ ਐਕਸਪੈਰੀਮੈਂਟ ਨਹੀਂ ਨਾ ਕਿ ਮੈਂ ਨਵੀਂ ਚੀਜ਼ ਟਰਾਈ ਕਰਨ ਦਾ ਨਵੀਂ ਚੀਜ਼ ਵੀ ਕਹਿ ਸਕਦੇ ਆ ਕਹਿ ਸਕਦੇ ਆ ਵੀ ਜ਼ਿੰਦਗੀ ਛੋਟੀ ਆ ਇੱਕ ਚੀਜ਼ 'ਚ ਟੱਕ ਹੋ ਕੇ ਸਾਰੀ ਜ਼ਿੰਦਗੀ ਕੱਢਣ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਡਿਫਰੈਂਟ ਐਕਸਪੀਰੀਅੰਸ ਲੈਣੇ ਚਾਹੀਦੇ ਨੇ ਪਰ ਤੁਸੀਂ ਥੀਏਟਰ 'ਚ ਵੀ ਕੰਮ ਕਰਦੇ ਰਹੇ ਹੋ ਸੋ ਤੁਹਾਨੂੰ ਸ਼ੌਕ ਤਾਂ ਸੀ ਹਾਂ ਸ਼ੌਕ ਤਾਂ ਸ਼ੌਕ ਤਾਂ ਉਦੋਂ ਹੀ ਸੀਗਾ ਮਤਲਬ ਸ਼ੌਕ ਤਾਂ ਸੀਗਾ ਮੈਂ ਦੱਸਿਆ ਹੀ ਪਹਿਲਾਂ ਵੀ ਸ਼ੌਕ ਤਾਂ ਸੀਗਾ ਇਹ ਮੈਨੂੰ ਉਹਦਾ ਰੀਜਨ ਇਹ ਹੈ ਕਿ ਮੈਂ ਫਿਲਮਾਂ 'ਚ ਆ ਗਿਆ ਹਾਂ ਹਾਂਜੀ ਅ ਅੱਛਾ ਇਹ ਦੱਸੋ ਕਿ ਜਿਹੜੀ ਆਪਣੀ ਪੰਜਾਬੀ ਫਿਲਮ ਇੰਡਸਟਰੀ ਆ ਇਹ ਦੇ ਵਿੱਚ ਜਿਹੜਾ ਹੁਣ ਰੀਸੈਂਟ ਟ੍ਰੈਂਡ ਚੱਲ ਰਿਹਾ ਹੈ ਇਹ ਟ੍ਰੈਂਡ ਹੈਗਾ ਕਿ ਜਿਹੜੇ ਸਿੰਗਰਸ ਨੇ ਯੂਜੂਲੀ ਉਹੀ ਮੇਨ ਲੀਡ ਰੋਲ ਦੇ ਵਿੱਚ ਉਹਨਾਂ ਨੂੰ ਦੇਖਦੇ ਆਂ ਤਾਂ ਤੁਹਾਡੀ ਅੰਮੇ ਦੀ ਕੋਈ ਸਿੰਗਿੰਗ ਬੈਕਗ੍ਰਾਉਂਡ ਤਾਂ ਹੈ ਨਹੀਂ ਹਾਂਜੀ ਫਿਰ ਤੁਹਾਡਾ ਸਾਖ ਦੇ ਵਿੱਚ ਮੇਨ ਜਿਹੜਾ ਰੋਲ ਸੀ ਉਹਦਾ ਐਕਸਪੀਰੀਅੰਸ ਦੱਸੋ ਕਿ ਮੇਰੇ ਆ ਉਹ ਜਤਿੰਦਰ ਜੇ ਮਨਿਹਸ ਭਾਜੀ ਨੇ ਇੱਥੇ ਬਹੁਤ ਨਾਈਸ ਇਨਸਾਨ ਨੇ ਹਨਾ ਤੇ ਉਹਨਾਂ ਨਾਲ ਮੇਰੀ ਅਸੀਂ ਫਿਲਮ ਸ਼ੂਟ ਕਰਦੇ ਸੀ ਇੰਡੀਆ ਦੇ ਵਿੱਚ ਬੇਅਰਫੁੱਟ ਵਾਰੀਅਰ ਤੇ ਤਾਂ ਉਹਨਾਂ ਨਾਲ ਗੱਲਬਾਤ ਚੱਲਦੇ-ਚੱਲਦੇ ਤਾਂ ਮੈਂ ਉਹਨਾਂ ਨੂੰ ਪਾਜੀ ਨੂੰ ਕਿਹਾ ਮਾ ਪਾਜੀ ਆਪਾਂ ਇੱਕ ਫਿਲਮ ਕਰਦੇ ਆ ਆਹ ਫਿਲਮ ਮੈਂ ਮੈਂ ਕਰਨੀ ਆ ਇਹ ਮੇਰੇ ਲਿਖੀ ਹੋਈ ਆਪਦੀ ਹੈ ਹਨਾ ਅੱਛਾ ਸਾਖ ਫਿਲਮ ਤੁਸੀਂ ਆਪ ਲਿਖੀ ਸੀ ਮੇਰੇ ਨਾਲ ਕਮਲਪਾਜੀ ਨੇ ਜਿਹੜੇ ਡਾਇਰੈਕਟਰ ਨੇ ਅਸੀਂ ਉਹਨਾਂ ਨੇ ਇਕੱਠਿਆਂ ਲਿਖੀ ਸੀ ਤੇ ਉਹ ਜਿਮਨਿਹਸ ਭਾਜੀ ਨੇ ਸੁਣਿਆ ਉਹਨਾਂ ਨੂੰ ਕਿਉਂਕਿ ਪਤਾ ਹੀ ਤੁਹਾਨੂੰ ਉਹਨਾਂ ਨੂੰ ਕਾਫੀ ਪਿਆਰ ਆ ਆਪਣੀ ਜਿਹੜੀ ਸੱਭਿਆਤਾ ਆਪਣੀ ਕਲਚਰ ਆ ਉਹਦੇ ਨਾਲ ਹਨਾ ਤਾਂ ਉਹਨਾਂ ਨੇ ਉਹ ਪਸੰਦਾ ਹੀ ਤੋਂ ਕਹਿੰਦੇ ਆਪਾਂ ਕਰਦੇ ਉਹ ਮੇਰੀ ਫਰਸਟ ਸਟੈਪ ਸੀਗਾ ਐਜ਼ ਅ ਲੀਡ ਹੀਰੋ ਉਹ ਤੋਂ ਪਹਿਲਾਂ ਛੋਟੇ ਛੋਟੇ ਰੋਲ ਕੀਤੇ ਸੀਗੇ ਮੈਂ ਪਰ ਫਰਸਟ ਲੀਡ ਸੀਗਾ ਓਕੇ ਸੋ ਸਾਗ ਫਿਲਮ ਤੋਂ ਬਾਅਦ ਕੁਝ ਮਹੀਨੇ ਬਾਅਦ ਜਿਹੜਾ ਇਨਸੀਡੈਂਟ ਹੋਇਆ ਸੀ 2020 ਦੇ ਵਿੱਚ ਉਹਨੂੰ ਡੀਟੇਲ ਦੇ ਵਿੱਚ ਦੱਸੋ ਕੀ ਹੋਇਆ ਸੀ ਉਹ ਨਾ ਇੱਕ ਇੱਕ ਜਨਮਰੀ ਸੀਗੀ 2020 1 ਜਨਵਰੀ ਤਾਂ ਮੈਂ ਨਵੇਂ ਸਾਲ ਨਵੇਂ ਸਾਲ ਵਾਲੇ ਦਿਨ ਹਨਾ ਤਮੇ ਇਹਨਾ ਪਿੰਡਾਂ ਦੇ ਵਿੱਚ ਸਾਡੇ ਹੁੰਦਾ ਵੀ ਖੇਡਣ ਲੱਗ ਜਾਂਦੇ ਆਪਾਂ ਸਾਰੇ ਜਣ ਇਕੱਠੇ ਹੋ ਕੇ ਵੀ ਚਲੋ ਖੇਡਦੇ ਆਂ ਵੀ ਅੱਜ ਹਟਣਾ ਨਹੀਂ ਹੈਗਾ ਥੱਕਦੇ ਨਹੀਂ ਹੈਗੇ ਹਨਾ ਤਾਂ ਮੈਂ ਵੀ ਅਸੀਂ ਖੇਡਣ ਲੱਗੇ ਸਵੇਰੇ 10 ਵਜੇ ਕਰੈਕਟ ਖੇਡਣ ਲੱਗੇ 10 ਵਜੇ ਖੇਡਣ ਲੱਗੇ ਸਾਨੂੰ 6 ਵਜੇ ਕੁਝ ਖਾਦਾ ਵੀ ਨਹੀਂ ਸੀ ਅਸੀਂ ਤਾਂ ਮੈਂ ਮੈਂ ਨਹੀਂ ਖਾਦਾ ਸੀ ਬਾਕੀਆਂ ਤਾਂ ਖਾਦਾ ਹੀ ਹੋਣਾ ਹਨਾ ਤਾਂ ਜਦੋਂ 6 ਵਜੇ ਸ਼ਾਮ ਦੇ ਤਾਂ ਮੈਨੂੰ ਨਾ ਇੱਕਦਮ ਇਦਾਂ ਲੱਗਿਆ ਜਿਦਾਂ ਕਿਸੇ ਨੇ ਮੇਰੀ ਸਵਿਚ ਆਫ ਕਰਕੇ ਆਨ ਕੀਤੀ ਹੁੰਦੀ ਆ ਏਦਾਂ ਖੇਡ ਕੀ ਰਹੀ ਸੀ ਤੁਸੀਂ ਕਰੈਕਟ ਖੇਡ ਰਹੇ ਸੀ ਕ੍ਰਿਕਟ ਓਕੇ ਤਾਂ ਉਹ ਇਦਾਂ ਜਦੋਂ ਆਪਾਂ ਸਵਿਚ ਆਫ ਕਰਕੇ ਆਨ ਕਰਦੇ ਇਦਾਂ ਲੱਗਾ ਝਟਕਾ ਜਿਹਾ ਮੈਂ ਕਿਹਾ ਮੈਨੂੰ ਕੁਝ ਹੋਇਆ ਹਨਾ ਤਾਂ ਮੈਂ ਉਹਨੂੰ ਡਬਲ ਚੈੱਕ ਕਰਨ ਦੇ ਲਈ ਨਾ ਤਾਂ ਮੈਂ ਦੁਬਾਰਾ ਇੱਕ ਹੋਰ ਮੈਚ ਖੇលਿਆ ਹਾਂ ਤਾਂ ਮੈਂ ਕਿਹਾ ਵੀ ਮੈਂ ਠੀਕ ਆ ਪਰ ਮੈਨੂੰ ਲੱਗੇ ਨਾ ਮੇਰੀ ਇਧਰ ਨੂੰ ਗਰਦਨ ਨੈਕ ਟਰਨ ਹੋਣੋਂ ਘਟ ਗਈ ਸੀਗੀ ਹਨਾ ਮੈਂ ਕਿਹਾ ਯਾਰ ਦਰਦ ਹੋਣ ਲੱਗਿਆ ਸੀ ਨਾ ਨੈਕ ਦੇ ਵਿੱਚ ਤਾਂ ਥੋੜਾ ਟਾਈਮ ਲੰਘਿਆ ਤਾਂ ਮੈਂ ਕੀ ਕੀਤਾ ਘਰ ਆਇਆ ਘਰ ਆ ਕੇ ਮੈਂ ਲਿਖਣ ਲੱਗ ਗਿਆ ਫਿਲਮ ਲਿਖਦਾ ਸੀਗਾ ਤਾਂ 10:00 ਵਜੇ 10:00 ਵਜੇ ਮੈਂ ਵਾਸ਼ਰੂਮ ਕਰਨ ਉੱਠਿਆ ਜਦੋਂ ਮੈਂ ਉੱਠਿਆ ਤਾਂ ਮੈਨੂੰ ਰੈਲਾਈਜ਼ ਹੋਇਆ ਕਿ ਮੇਰਾ ਕੁਝ ਗਲਤ ਹੋ ਗਿਆ ਤੇ ਮੇਰੀ ਲੈਫਟ ਲੈਗ ਲੈਫਟ ਆਰਮ ਤਾਂ ਮੈਨੂੰ ਕੰਟਰੋਲ ਤੋਂ ਬਾਹਰ ਜਿੱਦਾਂ ਮੈਂ ਬਹੁਤ ਜ਼ਿਆਦਾ ਡਰੰਕ ਹੁੰਨਾ ਬਹੁਤ ਜ਼ਿਆਦਾ ਡਰੰਕ ਹੁੰਨਾ ਕਿਉਂਕਿ ਉਦੋਂ ਮੈਨੂੰ ਮੈਂ ਕਦੇ ਕੁਝ ਖਾਦਾਂ ਖਾਂਦਾ ਮੈਂ ਕੁਝ ਹੈ ਨਹੀਂਗਾ ਹਨਾ ਤਾਂ ਨਾ ਮੈਂ ਕੋਈ ਡਰਿੰਕ ਕਰੀ ਹੋਈ ਸੀ ਤਾਂ ਮੈਨੂੰ ਲੱਗਾ ਮੈਨੂੰ ਕੁਝ ਹੋ ਗਿਆ ਤਾਂ ਮੈਂ ਉਦੋਂ ਹੀ ਲੋਅਰ ਟੀ-ਸ਼ਰਟ ਤੇ ਠੰਡ ਕਿੰਨੀ ਹੁੰਦੀ ਹੈ 1 ਜਨਵਰੀ ਨੂੰ ਹਨਾ ਤਾਂ ਮੈਂ ਉਹਦੇ ਫਾਦਰ ਸਾਹਿਬ ਨੂੰ ਠਾਲਿਆ ਵੀ ਮੈਨੂੰ ਕੁਝ ਹੋ ਗਿਆ ਮੈਂ ਇਹੀ ਕਹਿੰਦਾ ਸੀ ਮੈਨੂੰ ਕੁਝ ਹੋ ਗਿਆ ਬਹੁਤ ਜ਼ਿਆਦਾ ਡੀਜ਼ੀ ਫੀਲ ਕਰਦਾ ਸੀ ਬਹੁਤ ਜ਼ਿਆਦਾ ਤੇ ਲੈਫਟ ਸਾਈਡ ਦਾ ਬੈਲੈਂਸ ਨਹੀਂ ਹੋ ਪਾ ਰਿਆ ਸੀ ਮੇਰਾ ਹਨਾ ਤਾਂ ਮੈਂ ਡਾਕਟਰ ਦੇ ਗਿਆ ਪਿੰਡ ਜਿਹੜਾ ਡਾਕਟਰ ਸੀਗਾ ਲੋਕਲ ਹਨਾ ਤਾਂ ਉਹਨੇ ਕੀ ਕੀਤਾ ਕੁੰਡਾ ਨਹੀਂ ਖੋਲਿਆ ਮੈਨੂੰ ਕਾਫੀ ਟਾਈਮ ਮੈਂ ਨੌਕ ਕੀਤਾ ਹਨਾ ਅਗਲਾ ਰਾਤ ਸੀ ਠੰਡ ਹੁੰਦੀ ਹੈ ਹਨਾ ਤਾਂ ਉੱਥੋਂ ਮੈਂ ਨਿਕਲ ਕੇ ਇੱਕ ਮੁੰਡਾ ਮੇਰਾ ਦੋਸਤ ਦਾ ਕਮਲ ਹਨਾ ਉਹਨੂੰ ਫੋਨ ਕੀਤਾ ਮੈਂ ਕਮਲ ਮੈਨੂੰ ਕੁਝ ਹੋ ਗਿਆ ਤੂੰ ਮੈਨੂੰ ਜਲਦੀ ਗੱਡੀ ਲੈ ਕੇ ਆ ਜਾ ਉਹਨੇ ਗੱਡੀ ਕੱਢੀ ਤਾਂ ਅਸੀਂ ਜਿਹੜਾ ਪਿੰਡ ਤੋਂ ਥੋੜੀ ਦੂਰ ਹਸਪੀਟਲ ਆ ਉੱਥੇ ਰਾਤ ਨੂੰ ਚਲੇ ਗਏ 11:00 ਕ 11:00 ਵਜੇ ਹੋਏ ਤਾਂ ਮੈਂ ਸਾਰੇ ਰਾਤ ਵਾਉਂਟਿੰਗ ਕਰਦਾ ਗਿਆ ओके ਇੰਨੀ ਜਿਆਦਾ ਬੰਪਟਿੰਗ ਹੋ ਰਹੀ ਸੀ ਕਿ ਮੇਰ ਤੋਂ ਕੰਟਰੋਲ ਨਹੀਂ ਰਹੀ ਸੀਗੀ ਮਤਲਬ ਕੰਟਰੋਲ ਤੋਂ ਬਾਹਰ ਸੀਗਾ ਮੈਂ ਮੇਰੀ ਗਰਦਨ ਬਾਹਰ ਹੀ ਸੀ ਗੱਡੀ ਦੇ ਤਾਂ ਮੈਂ ਉੱਥੇ ਪਹੁੰਚਿਆ ਤਾਂ ਡਾਕਟਰ ਨੇ ਮੇਰਾ ਬੀਪੀ ਚੈੱਕ ਕੀਤਾ ਤੇ ਉਹ ਤੋਂ ਬਾਅਦ ਉਹਨੇ ਮੈਨੂੰ ਦਵਾਈ ਦੂਈ ਦਿੱਤੀ ਟਿਕਾ ਟੁਕਾ ਲ ਮੈਂ ਕਿਹਾ ਠੀਕ ਆ ਤੂੰ ਮੈਂ ਬਾਹਰ ਆ ਗਿਆ ਤਾਂ ਬਾਹਰ ਆ ਕੇ ਮੈਂ ਕਮਲ ਨੂੰ ਕਿਹਾ ਯਾਰ ਕਮਲ ਮੈਂ ਕਿਹਾ ਮੈਨੂੰ ਠੀਕ ਨਹੀਂ ਲੱਗਦਾ ਹੈਗਾ ਵੀ ਮੇਰੇ ਹਲੇ ਨਹੀਂ ਠੀਕੇਗਾ ਮੈਂ ਤੁਸੀਂ ਬਲੀਵ ਨਹੀਂ ਕਰਨਾ ਮੈਂ ਰੋਡ ਤੇ ਬੈਠਾ ਰਿਹਾ ਠੰਡ ਦੇ ਵਿੱਚ ਐਨ ਮਤਲਬ ਪੂਰੀ ਠੰਡ ਦੇ ਵਿੱਚ ਨਾ ਤਮੇ ਉਹਨੂੰ ਜਦੋਂ ਥੋੜਾ ਰਿਲੈਕਸ ਹੋਇਆ ਤਾਂ ਮੈਂ ਕਿਹਾ ਚਲ ਕਮਲ ਉਹਨੇ ਇੰਜੈਕਸ਼ਨ ਲਾਇਆ ਸੀ ਉਹਦਾ ਅਸਰ ਹੋਇਆ ਥੋੜਾ ਜਿਹਾ ਤਾਂ ਅਸੀਂ ਹੌਲੀ 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 ਕਰਦੇ ਹਰੋਲਾ ਨਾ ਪਵੇ ਅਸੀਂ ਵਾਪਸ ਘਰ ਆ ਗਏ ਘਰ ਆ ਕੇ ਫਿਰ ਸੌਂ ਗਿਆ ਮੰਮੀ ਨੂੰ ਮੈਂ ਪਹਿਲੇ ਦਿਨ ਕਿਹਾ ਮੰਮੀ ਮੇਰੇ ਕੋਲ ਪੈ ਜਾ ਤੂੰ ਹਨਾ ਮੈਨੂੰ ਡਰ ਲੱਗਦਾ ਲਾਈਕ ਮੈਨੂੰ ਕਦੇ ਡਰ ਲੱਗਦਾ ਨਹੀਂ ਲਿਟਰਲੀ ਤਾਂ ਪਰ ਮੈਨੂੰ ਉਦ ਲੱਗਿਆ ਡਰ ਮੈਂ ਕਿਹਾ ਮੈਨੂੰ ਡਰ ਲੱਗਦਾ ਤੂੰ ਮੇਰੇ ਕੋਲ ਪੈ ਜਾ ਉਹ ਮੇਰੇ ਕੋਲ ਮੰਜਾ ਡਾ ਕੇ ਪੈ ਗਈ ਤਾਂ ਮੈਂ ਰਾਤ ਨੂੰ ਜਦੋਂ ਚਾਰ ਵਜੇ ਮੇਰੇ ਨਾ ਅਸਰ ਖਤਮ ਹੋਇਆ ਇੰਜੈਕਸ਼ਨ ਦਾ ਤਾਂ ਮੇਰੇ ਨਾ ਹਲ ਰਮਕ ਨੇ ਕਿ ਕਿ ਮੈਂ ਹੁਣ ਤਾਂ ਮੈਨੂੰ ਬੌਂਟਿੰਗ ਫੇਰ ਸ਼ੁਰੂ ਹੋ ਗਈ ਬੌਂਟਿੰਗ ਸ਼ੁਰੂ ਹੋ ਗਈ ਮੈਨੂੰ ਕੁਝ ਦਿਖੇ ਨਾ ਸਾਰਾ ਕੁਝ ਮੈਨੂੰ ਦਿਖਣ ਲੱਗ ਗਿਆ ਕੀ ਕਹਿੰਦੇ ਹਨ ਧੁੰਦਲਾ ਦਿਖਣ ਲੱਗਿਆ ਵਿਜ਼ਿਬਿਲਟੀ ਮੇਰੀ ਘਟਣ ਲੱਗ ਗਈ ਤਾਂ ਮੈਨੂੰ ਕੁਝ ਹੋ ਗਿਆ ਹਨਾ ਤਾਂ ਮੈਂ ਫੇਰ ਡਾਕਟਰ ਦੇ ਗਏ ਡਾਕਟਰ ਨੇ ਮੈਨੂੰ ਐਡਮਿਟ ਕੀਤਾ ਲੋਕਲ ਡਾਕਟਰ ਸੀ ਜਿਹੜਾ ਤਾਂ ਐਡਮਿਟ ਕਰਕੇ ਉਹਨੇ ਮੇਰੇ ਗਲੂਕੋਜ਼ ਲਾਇਆ ਹਨਾ ਤਾਂ ਮਨ ਕਹਿੰਦਾ ਠੀਕ ਆ ਪੈ ਜਾ ਪਤਾ ਹਨਾ ਤਾਂ ਮੈਂ ਪਿਆਰਿਆ ਪਿਆਰਿਆ ਜਦੋਂ ਸਵੇਰੇ 10 ਵਜੇ ਚੈੱਕ ਕਰਨਾ ਆਇਆ ਤਾਂ ਮੈਨੂੰ ਕਹਿੰਦਾ ਕਿਦਾਂ ਮੈਂ ਤਾਂ ਡਿੱਗਣ ਲੱਗਾ ਲੈਫਟ ਹੈਂਡ ਸਾਈਡ ਨੂੰ ਮੈਨੂੰ ਤਾਂ ਕੋਈ ਬੈਲੈਂਸ ਨਾ ਲੱਗੇ ਮੇਰਾ ਰੈਸਟ ਰਾਈਟ ਲੈਫਟ ਦਾ ਬੈਲੈਂਸ ਨਾ ਹੋ ਪਾ ਵੀ ਮੈਂ ਕਿਹਾ ਵੀ ਮੈਨੂੰ ਉਹਨੇ ਫਿਰ ਡਾਕਟਰ ਨੇ ਜਵਾਬ ਦਿੱਤਾ ਕਹਿੰਦਾ ਵੀ ਇਹਨੂੰ ਤੁਸੀਂ ਨਾ ਲੁਧਿਆਣੇ ਲੈ ਜਾਓ ਹੂੰ ਹੂੰ ਤਾਂ ਲੁਧਿਆਣੇ ਲੈ ਗਏ ਹਨਾ ਤਾਂ ਉੱਥੋਂ ਮੇਰਾ ਦੋਸਤ ਆ ਬੱਬੂ ਹੂੰ ਹੂੰ ਉਹ ਆਲਵੇਸ ਸਪੋਰਟ ਕਰਦਾ ਮੇਰੇ ਨਾਲ ਹਨਾ ਤਾਂ ਉਹਨੇ ਮੈਨੂੰ ਚੱਕਿਆ ਉੱਥੋਂ ਮੰਮੀ ਮੇਰੀ ਨਾਲ ਤੇ ਉਹਨੂੰ ਅਸੀਂ ਲੁਧਿਆਣੇ ਨੂੰ ਚਲੇ ਗਏ ਲੁਧਿਆਣੇ ਗਏ ਤਾਂ ਮੈਨੂੰ 1 ਘੰਟੇ ਦਾ ਸਫ਼ਰ ਵੀ ਮੈਨੂੰ ਲੱਗਦਾ ਸੀ 20 ਘੰਟਿਆਂ ਦਾ ਸਫ਼ਰ ਹੈ ਇੱਕ ਇੱਕ ਹਲਕਾ ਝਟਕਾ ਵੀ ਮੈਨੂੰ ਮੈਨੂੰ ਵੱਜਦਾ ਸੀਗਾ ਹਨਾ ਤਾਂ ਮੈਂ ਉੱਥੇ ਪਹੁੰਚਿਆ ਤਾਂ ਮੈਂ ਗਿਆ ਦੀਪ ਹਸਪੀਟਲ ਦੀਪ ਹਸਪੀਟਲ ਵਾਲਿਆਂ ਨੇ ਮੇਰੀ ਪਹਿਲਾਂ ਤਾਂ ਉਹ ਤੁਹਾਨੂੰ ਪਤਾ ਉੱਥੇ ਦਾ ਹਿਸਾਬ ਹੋ ਰਿਹਾ ਹਨਾ ਤਾਂ ਉਹਨਾਂ ਨੇ ਫਟਾਫਟ ਮੈਂ ਨਾ ਉਹਦੀ ਉਹ ਕਰਾਈ ਸੀਟੀ ਸਕੈਨ ਸੀਟੀ ਸਕੈਨ ਕਰਾਈ ਤਾਂ ਦਰਦ ਬਹੁਤ ਹੋ ਰਿਹਾ ਸੀ ਤਾਂ ਮੇਰੇ ਇੱਕ ਨਾ ਇੱਕ ਪਾਸਿਓਂ ਬ੍ਰੇਨ ਜਿਹੜਾ ਉਹ ਵਾਈਟ ਆਇਆ ਉਹ ਚ ਬਲੱਡ ਨਹੀਂ ਸੀਗਾ ਓਕੇ ਤਾਂ ਕਿਉਂਕਿ ਉਹ ਵਾਈਟ ਆ ਮੈਨੂੰ ਇੱਕ ਨਰਸ ਕਹਿੰਦੀ ਮੈਨੂੰ ਮੈਨੂੰ ਪਛਾਣ ਲਗਾਈ ਤੁਸੀਂ ਜੋਬਨਪਰੀ ਤੋਂ ਮੈਂ ਕਹਿੰਦਾ ਹਾਂ ਹਾਂ ਮੈਂ ਮੈਂ ਤਾਂ ਐਦਾ ਬੋਲੀ ਆ ਮਮਮੀ ਕਹਿੰਦੀ ਹਾਂ ਉਹ ਰੋ ਰਹੀ ਸੀ ਮੇਰੀ ਮਮਮੀ ਹੈ ਨਾ ਤਾਂ ਉਹ ਕਹਿੰਦੀ ਕਹਿੰਦੀ ਸਰ ਤੁਸੀਂ ਕਹਿੰਦੀ ਉੱਥੇ ਜਾਓ ਡੀ ਐਮ ਸੀ ਦੇ ਵਿੱਚ ਜਿਹੜਾ ਦੀਪ ਹਸਪੀਟਲ ਤੇ ਕਿਡਨੀ ਦਾ ਹਸਪੀਟਲ ਆ ਅਸੀਂ ਉੱਥੋਂ ਐਮਬੂਲੈਂਸ ਮੈਂ ਐਮਬੂਲੈਂਸ ਚ ਆ ਗਿਆ ਉੱਥੇ ਹਮ ਹਮ ਐਮਬੂਲੈਂਸ ਅੱਡੀ ਕੀ ਦੀਪ ਚ ਡੀ ਐਮ ਸੀ ਚ ਡੀ ਐਮ ਸੀ ਚ ਬਸ ਜਦੋਂ ਮੈਂ ਸਟ੍ਰੈਚਰ ਤੋਂ ਚੱਕਿਆ ਉਹਨਾਂ ਨੇ ਮੈਂ ਦੂਜੇ ਪਾਸੇ ਡਿੱਗ ਗਿਆ ਹੀ ਆ ਨੌਟ ਕਿ ਉੱਠੇ ਆ ਬਸ ਫਿਰ ਮੇਰੀ ਗਰਦਨ ਇਦਾਂ ਤਾਂ ਜਿੱਦਾਂ ਦੀਆਂ ਲਾਈਟਾਂ ਨੇ ਮੇਰੀਆਂ ਇਦਾਂ ਹੀ ਲਾਈਟਾਂ ਮੇਰੇ ਸਿਰ ਉੱਪਰ ਦੀ ਤਾਂ ਚੇਂਜ ਹੁੰਦੀਆਂ ਸੀਗੇ ਵੀ ਆਹ ਲਾਈਟ ਆ ਗਈ ਆਹ ਲਾਈਟ ਆ ਗਈ ਤੇ ਮੈਨੂੰ ਤੁਸੀਂ ਬਲੀਵ ਨਹੀਂ ਕਰਨਾ 36 ਘੰਟੇ ਉੱਪਰ ਦੇ ਲੰਗੇ ਸੀਗੇ ਤੇ ਮੈਨੂੰ ਟ੍ਰੀਟਮੈਂਟ ਨਹੀਂ ਮਿਲ ਰਿਹਾ ਸੀਗਾ ਹਮ ਤੇ ਜਦੋਂ ਟ੍ਰੀਟਮੈਂਟ ਨਾ ਮਿਲਿਆ ਤਾਂ ਮੈਂ ਬਹੁਤ ਮਤਲਬ ਓਖਾ ਹੋ ਰਿਹਾ ਮੰਮੀ ਮੇਰੀ ਡਾਕਟਰਾਂ ਨੇ ਇਹ ਵੀ ਕਹਤਾ ਸੀ ਮੇਰੀ ਬੈਕ ਤੇ ਮੈਨੂੰ ਜਿੰਨਾ ਕਿ ਸੁਣ ਰਿਹਾ ਸੀ ਮੈਨੂੰ ਸੁਣਨਾ ਵੀ ਘਟਦਾ ਮਤਲਬ ਅੱਖਾਂ ਚੋਂ ਗਰਦਨ ਦਾ ਚੱਕੀ ਜਣਾ ਹਟ ਗਈ ਸੀਗੀ ਹਮ ਤਾਂ ਉਹ ਡਾਕਟਰ ਨੇ ਵੀ ਕਹਤਾ ਹੀ ਕਹਿੰਦੇ ਵੀ ਇਹ ਤਾਂ ਲਾਈਕ 6 ਘੰਟੇ ਜ ਵੱਧ ਤੋਂ ਵੱਧ ਇਹ ਹੋਰ ਰੁਕਸੂਜ ਹੈ ਮਤਲਬ ਹੋਇਆ ਪਤਾ ਨਹੀਂ ਉਹ ਮੇਰੇ ਬਾਰੇ ਗੱਲ ਕਰ ਰਿਹਾ ਪਤਾ ਨਹੀਂ ਕਿਸੇ ਹੋਰ ਵਾਲੇ ਕਰ ਰਿਹਾ ਪਰ ਮੇਰੇ ਕੰਨ ਕੋਲੇ ਗੱਲ ਕਰ ਰਿਹਾ ਹਾਂ ਕੰਨ ਕੋਲੇ ਗੱਲ ਕਰ ਰਿਹਾ ਸੀ ਤੇ ਉਹ ਗੱਲ ਸੁਣ ਕੇ ਨਾ ਮੇਰੇ ਆ ਹਥੇਲੀਆਂ ਨੂੰ ਵੀ ਪਸੀਨਾ ਆ ਗਿਆ ਸੀਗਾ ਤੇ ਉਸ ਦਿਨ ਮੈਂ ਰੈਲਾਈਜ਼ ਕੀਤਾ ਸੀ ਕਿ ਡੈਥ ਬੈਡ ਕੀ ਹੁੰਦਾ ਜੇ ਤੁਸੀਂ ਤੁਸੀਂ ਉੱਥੇ ਜਾ ਕੇ ਦੇਖੋ ਨਾ ਡੀ ਐਮ ਸੀ ਦੇ ਵਿੱਚ ਰੱਬ ਨਾ ਕਰੇ ਕਿਸੇ ਨੂੰ ਭੇਜੇ ਤਾਂ ਉੱਥੋਂ ਹਰ ਮਿੰਟ ਦੇ ਵਿੱਚ ਡੈਥ ਹੁੰਦੀ ਆ ਤੇ ਉਹ ਐਮਰਜੈਂਸੀ ਇਦਾਂ ਦਾ ਜਿੱਥੇ ਕਿ 10 ਬੰਦਿਆਂ ਚੋਂ 6 ਬੰਦੇ ਡਾਕਟਰ ਨਾ ਮਿਲਣ ਕਰਕੇ ਮਰਦੇ ਨੇ ਜਿੰਨਾਂ ਨੂੰ ਡਾਕਟਰ ਮਿਲ ਜਾਂਦਾ ਉਹ ਤਾਂ ਬਚ ਜਾਂਦਾ ਤੇ ਡਾਕਟਰ ਨਾ ਮਿਲਣ ਕਰਕੇ ਡੈਥ ਹੁੰਦੀ ਆ ਉਹ ਮਤਲਬ 10 ਚੋਂ 6 ਬੰਦੇ ਹੈਗੇ ਨੇ ਹਾਂ ਨਾ ਤੇ ਫਿਰ ਉਸ ਤੋਂ ਬਾਅਦ ਅ ਰਾਤ ਸਵੇਰ ਰਾਤ ਦੇ 2:30 ਵਜੇ ਨਹੀਂ ਸੌਰੀ 6 ਵਜੇ ਸ਼ਾਮ ਦੇ ਤਾਂ ਮੇਰੀ ਹੈਲਪ ਕੀਤੀ ਮੰਡੀ ਨੇ ਓਕੇ ਮੰਡੀ ਮੇਡੀ தਖੜ ਜੀ ਹਾਂ ਉਹਨਾਂ ਨੇ ਆ ਕੇ ਡਾਕਟਰ ਭੇਜੇ ਉਹਨਾਂ ਨੇ ਹਣਾ ਤੇ ਉਹਨਾਂ ਨੇ ਮੇਰੀ ਮੰਮੀ ਨੂੰ ਇੰਗਲਿਸ਼ ਨਹੀਂ ਆਉਂਦੀ ਮੇਰੇ ਡੈਡੀ ਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ ਕੁਝ ਨਹੀਂ ਬੋਲਦੇ ਸ਼ੀਜ਼ ਮਾਈ ਗੁੱਡ ਫਰੈਂਡ ਹਣਾ ਤਾਂ ਉਹ ਮੇਰੀ ਮਤਲਬ ਉਹਨੇ ਨਹੀਂ ਸਪੋਰਟ ਕੀਤੀ ਕਿ ਮੈਂ ਇਹ ਕਹਿਣਾ ਵੀ ਜੋ ਕੋਈ ਹੋਰ ਹੁੰਦਾ ਸ਼ਾਇਦ ਨਾ ਕਰਦਾ ਹਣਾ ਤਾਂ ਉਹਨੇ ਉੱਥੇ ਆ ਕੇ ਡਾਕਟਰ ਨੂੰ ਪੁੱਛੇ ਵੀ ਕੀ ਪ੍ਰੋਬਲਮ ਆ ਕਿੱਦਾਂ ਕਿੱਦਾਂ ਹੋਇਆ ਨਾ ਤਾਂ ਉਹਨਾਂ ਨੇ ਦੱਸਿਆ ਵੀ ਇਦੇ ਉਹ ਕਹਿੰਦੀ ਇਲਾਜ ਦੱਸੋ ਕੀ ਹੋਣਾ ਤੁਸੀਂ ਇਲਾਜ ਕਰੋ ਇਹਦਾ ਉਹ ਪੁੱਠੀ ਸਿੱਧੇ ਕਹਾਣੀਆਂ ਪਾਉਣ ਲੱਗਿਆ ਨਾ ਵੀ ਇਦਾਂ ਹੋ ਗਿਆ ਇਹਦਾ ਇਦਨ ਨਜ਼ਰ ਵੀ ਜਾ ਸਕਦੀ ਆ ਇਹਦਾ ਪਾਸਾ ਵੀ ਖੜ ਸਕਦਾ ਜੇ ਬਚ ਗਿਆ ਮਤਲਬ ਇਹ ਤਾਂ ਪੱਕੇ ਨਹੀਂ ਚੀਜ਼ਾਂ ਹੂੰ ਤਾਂ ਉਹ ਕਹਿੰਦੀ ਫਿਰ ਉਸ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਹੋਇਆ ਮੇਰਾ ਤਾਂ ਮੇਰੀ ਮੰਮੀ ਉਹ ਮਤਲਬ ਮੈਂ ਦੇਖਦਾ ਸੀ ਮੇਰੇ ਅੱਖਾਂ ਸਾਹਮਣੇ ਨਾ ਸਾਰਾ ਕੁਝ ਮੈਨੂੰ ਨਹੀਂ ਸੁਰਤ ਨਹੀਂ ਸੀ ਮੈਨੂੰ ਕੁਝ ਤਾਂ ਮੈਨੂੰ ਸਾਰਾ ਕੁਝ ਧੁੰਦਲਾ ਦਿਖ ਰਿਹਾ ਸੀ ਉਸ ਟਾਈਮ ਤੇ ਮੇਰੀ ਗਰਦਨ 'ਚ ਇੰਨੀ ਜ਼ਿਆਦਾ ਪੇਨ ਸੀ ਕਿ ਮੇਰੀ ਗਰਦਨ ਉੱਠ ਵੀ ਨਹੀਂ ਰਹੀ ਸੀ ਤੇ ਮੈਂ ਅੱਖਾਂ ਦੇ ਵਿੱਚੋਂ ਹਲਕਾ-ਹਲਕਾ ਟਰਾਈ ਕਰ ਰਿਹਾ ਸੀ ਮੈਨੂੰ ਕੁਝ ਦਿਖ ਜਵੇ ਵੀ ਮੈਂ ਕਿੱਥੇ ਆ ਤੇ ਇੱਕ ਟਾਈਮ ਇਦਾਂ ਦਾ ਸੀ ਕਿ ਮੈਨੂੰ ਲੱਗਦਾ ਸੀ ਕਿ ਮੇਰੇ ਕੋਈ ਇੰਜੈਕਸ਼ਨ ਹੀ ਲਾ ਦੋ ਕਿਸੇ ਚੀਜ਼ ਦਾ ਮੇਰਾ ਦਰਦ ਰੁਕ ਜਵੇ ਇੰਨਾ ਜ਼ਿਆਦਾ ਦਰਦ ਹੋਣ ਲੱਗਿਆ ਸੀ ਸਿਰ 'ਚ ਤਾਂ ਮੇਰੀ ਰਾਤ ਨੂੰ 3:00 ਵਜੇ ਮੇਰੀ ਉਹ ਹੋਈ ਐਮ ਆਰ ਆਈ ਐਮ ਆਰ ਆਈ ਵਗੈਰਾ ਸਾਰਾ ਕੁਝ ਹੋਇਆ ਤਾਂ ਮੇਰੇ ਪਤਾ ਲੱਗੇ ਮੇਰੀ ਇੱਕ ਗਰਦਨ ਦੇ ਵਿੱਚੋਂ ਨਾੜ ਆ ਜਿਹੜੀ ਮੇਜਰ ਆ ਜਿਹੜੀ ਦਿਮਾਗ ਨੂੰ ਜਾਂਦੀ ਆ ਉਹ ਕ੍ਰੈਕ ਹੋ ਗਈ ਅੱਡ ਹੋ ਗਈ ਇੱਕ ਦੂਜੇ ਖੇਡਣ ਨਾਲ ਉਹ ਜਿਹੜੀ ਉਹ ਨੋ ਨਾੜ ਆ ਨਾ ਜਿਹੜਾ ਆਪਾਂ ਕਹਿੰਦੇ ਨਾ ਸੀਟ ਕਾਰਾਂ ਚ ਲਾਉਂਦੇ ਆ ਆਪਾਂ ਕਾਰਾਂ ਦੇ ਵਿੱਚ ਨੈਕ ਰੈਸਟ ਹੁੰਦਾ ਨਾ ਜਿਹੜਾ ਆਪਾਂ 목ਾ ਤੇ ਲਾਉਣਾ ਨਹੀਂ ਚਾਹੀਦਾ ਉਹ ਡਾਕਟਰ ਕਹਿੰਦਾ ਵੀ ਇਹ ਜਿਹੜੀ ਜਿਹੜੀ ਇਹ ਹੈ ਨਾ ਇਹ ਨਾੜ ਆ ਇਹ ਉਹ ਨੈਕ ਬ੍ਰੇਕਰ ਦਾ ਝਟਕਾ ਲੱਗਣਾ ਵੀ ਟੁੱਟ ਸਕਦੀ ਆ ਜੇ ਤੁਹਾਡਾ ਕੋਈ ਤੇ ਬ੍ਰੇਕ ਜ਼ੋਰ ਦੀ ਮਾਰੇ ਤਾਂ ਝਟਕਾ ਲੱਗੇ ਤਾਂ ਵੀ ਟੁੱਟ ਸਕਦੀ ਆ ਤਾਂ ਉਹ ਮੇਰੀ ਟੁੱਟੀ ਜਦੋਂ ਐਕਸ ਆਪਾਂ ਬਾਹ ਨਹੀਂ ਘੁੰਮਦੇ ਕਰੇਟ ਖੇਡਦੇ ਉਹ ਬਹੁਤ ਜ਼ੋਰ ਨਾਲ ਆਪਾਂ ਮਾਰਦੇ ਆਂ ਬਾਲ ਤਾਂ ਉਹ ਖਿੱਡੇ ਵੀ ਬਹੁਤ ਜ਼ਿਆਦਾ ਤੇ ਝਟਕਾ ਝੁਟਕਾ ਲੱਗਾ ਕਿਸੇ ਪਾਸੇ ਤਾਂ ਉਹਦੇ ਕਰਕੇ ਹੋਇਆ ਇਹ ਆਰਮ ਮਤਲਬ ਅਕਸਰ ਜੇ ਆਪਾਂ ਕਹੀਏ ਵੀ ਰੋਡ ਐਕਸੀਡੈਂਟ ਜੇ ਕਈ ਬੰਦੇ ਦੀ ਇਹ ਹੀ ਪ੍ਰੋਬਲਮ ਵੀ ਆ ਜਾਂਦੀ ਹੈ ਸੋ ਡਾਕਟਰ ਨੇ ਦੱਸਿਆ ਸੀਗਾ ਮੈਨੂੰ ਤੇ ਉਹ ਤੋਂ ਬਾਅਦ ਮੈਂ ਰਿਹਾ 7-8 ਦਿਨ ਐਮਰਜੈਂਸੀ 'ਚ ਫਿਰ ਮੈਂ ਮਤਲਬ ਵਾਹਿਗੁਰੂ ਦੀ ਕਿਰਪਾ ਨਹੀਂ ਰਹੀ ਹੈ ਕਿ ਮੈਂ ਸ਼ੁਕਰਗੁਜ਼ਾਰ ਹਾਂ ਉਸ ਰੱਬ ਦਾ ਕਿ ਮੈਂ ਬਿਨਾਂ ਕਿਸੇ ਸਰਜਰੀ ਤੋਂ ਬਿਨਾ ਕਿਸੇ ਕਟ ਵੱਟ ਤੋਂ ਮੈਂ ਠੀਕ ਹੋ ਗਿਆ ਮੇਰੀ ਉਹਨਾਂ ਨੇ ਮੈਡੀਸਨ ਨਾਲ ਹੀ ਠੀਕ ਕਰਤਾ ਮੈਨੂੰ ਡਾਕਟਰ ਸੀ ਡਾਕਟਰ ਪਾਲ ਹਮਮਤਲਬ ਮੈਂ ਤਾਂ ਉਹਨੂੰ ਰੱਬੇ ਮੰਨਦਾ ਕਿਉਂਕਿ ਉਸ ਟਾਈਮ ਜਿਹੜਾ ਬੰਦਾ ਮਤਲਬ ਮੈਨੂੰ ਕਹਿੰਦਾ ਸੀ ਤੂੰ ਠੀਕ ਆ ਮੈਨੂੰ ਉਹ ਵੱਡੀ ਦਵਾਈ ਲੱਗਦੀ ਸੀ ਕਦੇ ਕਦੇ ਤੁਹਾਨੂੰ ਲੱਗਦਾ ਹੁੰਦਾ ਨਾ ਵੀ ਦਵਾਈਆਂ ਨਾਲੋਂ ਜ਼ਿਆਦਾ ਤੁਹਾਡੀਆਂ ਦੁਆਵਾਂ ਕੰਮ ਕਰਦੀਆਂ ਨੇ ਆਪਾਂ ਕਹਿੰਦੇ ਹੁੰਨੇ ਨਾ ਉਹ ਗੱਲ ਸੱਚੀ ਆ ਜਦੋਂ ਮੈਨੂੰ ਕੋਈ ਬੰਦਾ ਮਿਲਣਾ ਉਹ ਸੀ ਕਮਲਪਾ ਜੀ ਸੀ ਜਿਹੜੇ ਆਪਣੇ ਸਾਗ ਦੇ ਟਰੈਕਟਰ ਸੀ ਉਹ ਮੈਨੂੰ ਜਦੋਂ ਵੀ ਆ ਰਹੇ ਹੁੰਦੇ ਸੀ ਨਾ ਮੈਨੂੰ ਮਿਲਣ ਤਾਂ ਉਹ ਮੈਨੂੰ ਕਹਿੰਦਾ ਲੈ ਤੈਨੂੰ ਕੀ ਉਹ ਤੂੰ ਠੀਕ ਆ ਮਤਲਬ ਉਹ ਸ਼ਬਦ ਮੈਨੂੰ ਹੀਲ ਕਰਦੇ ਸੀਗੇ ਅੱਲਾ ਸ਼ੇਰੀ ਨਾ ਹਨਾ ਹੀਲ ਕਰਦੇ ਸੀ ਤੇ ਉਹ ਸ਼ਬਦ ਮੇਰੇ ਹਿਸਾਬ ਨਾਲ ਜੇ ਆਪਾਂ ਹਰ ਇੱਕ ਇਨਸਾਨ ਨੂੰ ਵੈਸੀ ਹੀ ਦਿੰਦੇ ਰਹੀਏ ਨਾ ਤਾਂ ਬੰਦਾ ਵੈਸੀ ਤਕੜਾ ਰਹਿੰਦਾ ਸੋ ਉਹ ਉਹਨਾਂ ਮੁੱਲ ਨਹੀਂ ਲੱਗਦਾ ਹੈਗਾ ਕੋਈ ਉਹ ਪੇੜ ਨਹੀਂ ਹੈਗੇ ਫਰੀ ਚ ਹੁੰਦੇ ਨੇ ਬਹੁਤ ਲੋਕ ਘਟ ਦਿੰਦੇ ਨੇ ਇੱਕ ਦੂਜੇ ਨੂੰ ਮੇਰੇ ਹਿਸਾਬ ਨਾਲ ਦੇਣੇ ਚਾਹੀਦੇ ਨੇ ਵੈਸੀ ਹੀ ਦੇਣਾ ਚਾਹੀਦੇ ਨੇ ਯਾਰ ਤੂੰ ਬਹੁਤ ਸੋ ਜਦੋਂ ਸੋਡੀ ਅੱਜ ਮੈਨੂੰ ਆ ਕੇ ਕਹਿੰਦਾ ਕਹਿੰਦਾ ਤੇਰੀ ਪੱਗ ਬਹੁਤ ਸੋਹਣੀ ਆ ਮੈਂ ਕਿਹਾ ਮੇਰੀ ਪੱਗਾਂ ਚ ਵਧੀਆ ਨਹੀਂ ਬੰਦਦੀ ਮੈਨੂੰ ਪਤਾ ਸੋ ਤੁਹਾਨੂੰ ਹੀਲ ਹੋਣ ਨੂੰ ਕਿੰਨਾ ਟਾਈਮ ਲੱਗਿਆ ਸੀ ਮੈਨੂੰ 7 ਮਹੀਨੇ ਲੱਗੇ ਉਸ ਤੋਂ ਬਾਅਦ ਫਿਰ ਮੈਂ ਤਿੰਨ ਮਹੀਨੇ ਤਾਂ ਮੈਂ ਵਾਕ ਨਹੀਂ ਕਰ ਪਾਇਆ ਪ੍ਰੋਪਰ ਗੱਡੀ ਚ ਲਾ ਸਦਾ 4 ਮਹੀਨੇ ਤੱਕ ਕਿਉਂਕਿ ਮੈਨੂੰ ਜਦੋਂ ਮੈਂ ਤੁਰਦਾ ਸੀ ਮੈਂ ਹੌਲੀ ਤੁਰਦਾ ਸੀ ਕਿਉਂਕਿ ਮੈਨੂੰ ਇਦਾਂ ਹੋਇਆ ਸੀ ਜਿਦਾਂ ਬੱਚਾ ਨਾ ਨਵਾਂ ਚੱਲਣਾ ਸ਼ੁਰੂ ਕਰ ਦਿੰਦਾ ਦੁਬਾਰਾ ਇੱਕ ਵਾਰੀ ਨਵਾਂ ਬੱਚਾ ਸਟਾਰਟ ਨਹੀਂ ਕਰਦਾ ਸੋ ਕਿਉਂਕਿ ਉਦਾਂ ਚ ਹੀ ਹੋ ਜੀ ਦੁਬਾਰਾ ਇੱਕ ਵਾਰੀ ਮੈਂ ਦੁਬਾਰਾ ਰੀਸਟਾਰਟ ਕੀਤੀ ਆਪਣੀ ਜ਼ਿੰਦਗੀ ਤੁਹਾਨੂੰ ਲੱਗਦਾ ਕਿ ਤੁਹਾਡਾ ਇੱਕ ਤਰ੍ਹਾਂ ਨਾਲ ਨਵਾਂ ਜਨਮ ਸੀ ਇਹ ਹਾਂਜੀ ਕਹਿ ਸਕਦਾ ਮੈਂ ਕਹਿਣਾ ਹੁੰਦਾ ਇਹ ਮੇਰਾ ਦੂਜਾ ਜਨਮ ਸੀ ਬਹੁਤ ਵਾਰੀ ਜਦੋਂ ਇਹ ਜੀ ਸਿਚੁਏਸ਼ਨ ਚ ਕੋਈ ਲੰਘਦਾ ਬਹੁਤੀ ਵਾਰੀ 네ਗੇਟਿਵ ਹੋ ਜਾਂਦਾ ਲੋ ਫੀਲ ਕਰਦਾ ਤੁਸੀਂ ਪੋਜ਼ਿਟਿਵ ਕਿਵੇਂ ਰਹੇ ਬਹੁਤ ਲੋ ਫੀਲ ਕੀਤਾ ਮੈਂ ਹੂੰ ਬਹੁਤ ਜ਼ਿਆਦਾ 네ਗੇਟਿਵ ਹੋਇਆ ਤਾਂ ਮੇਰਾ ਜਦੋਂ ਮੈਂ ਕੱਲਾ ਸੀ ਤਾਂ ਮੈਂ ਕੀ ਕਰਦਾ ਸੀ ਮੇਰੇ ਵਾਲ ਤੇ ਮੇਰੇ ਵਾਸ਼ਰੂਮ ਚ ਮੇਰੇ ਡਾਇਰੀਆਂ ਤੇ ਲਿਖਿਆ ਹੁੰਦਾ ਸੀ ਆਈ ਏਮ ਦਾ ਬੈਸਟ ਮੈਂ ਬਹੁਤ ਚੰਗਾ ਇਨਸਾਨ ਆ ਮੈਂ ਬਹੁਤ ਚੰਗਾ ਕਰੂੰਗਾ ਤਾਂ ਮੈਂ ਰੱਬ ਦਾ ਸਪੈਸ਼ਲ ਬੱਚਾ ਲਾਈ ਆਮ ਗੋਡ ਇਸ ਸਪੈਸ਼ਲ ਚਾਈਲਡ ਮੈਂ ਬਹੁਤ ਕੁਝ ਲਿਖਿਆ ਤੇ ਬਹੁਤ ਕੁਝ ਪੜ੍ਹਿਆ ਮੈਂ ਤੇ ਉਹਨਾਂ ਦੀ ਬਦੌਲਤ ਮੈਂ ਹੀਲ ਹੋਣਾ ਸ਼ੁਰੂ ਹੋਇਆ ਸੋ ਬੁక్స్ ਰੀਡ ਕਰਦਾ ਸੀ ਬੁక్స్ ਰੀਡ ਕਰਦਾ ਸੀ ਬੁక్స్ ਆਡੀਓ ਬੁੱਕ ਸੁਣਦਾ ਸੀ ਜਿਹੜੀਆਂ ਚੰਗੀਆਂ ਚੰਗੀਆਂ ਲੋਕਾਂ ਨੇ ਸਰਵਾਈਵ ਕਿਦਾਂ ਕੀਤਾ ਤਾਂ ਫਿਰ ਮੈਂ ਕਿਹਾ ਵੀ ਮੈਨੂੰ ਕਿਉਂ ਇਹ ਚੀਜ਼ ਲੱਗ ਸਕਦੀ ਮੈਨੂੰ ਮੈਨੂੰ ਇਹ ਹਾਵੀ ਨਹੀਂ ਹੋ ਸਕਦੀ ਮੇਰੇ ਤੇ ਚੀਜ਼ ਸਾਡੇ ਤੇ ਕੋਈ ਚੀਜ਼ ਉਦੋਂ ਹੀ ਹਾਵੀ ਹੋ ਸਕਦੀ ਜਦੋਂ ਅਸੀਂ ਉਹਨੂੰ ਹਾਵੀ ਹੋਣ ਦਿੰਨੇ ਆ ਜਿ세 ਉਹਨੂੰ ਹਾਵੀ ਹੋਣ ਨਹੀਂ ਦਵਾਗੇ ਤਾਂ ਨਹੀਂ ਹੋਊਗੀ ਸੋ ਮੈਂ ਉਦੋਂ ਰਿਕਵਰ ਕੀਤਾ ਕੰਧਾਂ ਤੇ ਲਿਖ ਕੇ ਵਾਸ਼ਰੂਮ ਚ ਲਿਖ ਲਿਖ ਕੇ ਪੇਪਰ ਲਿਖਦਾ ਸੀ ਉਹਨੂੰ ਉਹਨੂੰ ਪਰਿੰਟ ਕਰਕੇ ਨਾ ਕੰਧ ਨਾਲ ਲਾ ਲੈਂਦਾ ਸੀਗਾ ਕਿ ਸਵੇਰੇ ਮੈਨੂੰ ਇਹ ਦੇਖੇ ਸ਼ਾਮ ਨੂੰ ਵੀ ਇਹ ਹੀ ਦਿਖੇ ਮੈਨੂੰ ਤੇ ਉਹਦੀ ਬਤਾਲਤ ਮੈਂ ਹੀਲ ਹੋਇਆ ਤੇ ਫਿਰ ਮੇਰਾ ਸਮਾਂ ਆਇਆ ਕਿ ਮੈਨੂੰ ਡਰ ਲੱਗਣ ਲੱਗ ਗਿਆ ਕਿਉਂਕਿ ਜਦੋਂ ਮੈਨੂੰ ਉਹ ਘਟਨਾ ਇੱਕਦਮ ਹੋ ਸਕਦੀ ਆ ਯਾਦ ਆਕੇ ਮੈਨੂੰ ਕੁਝ ਵੀ ਹੋਰ ਹੋ ਸਕਦਾ ਇਹ ਬੇਸਿਕ ਇੱਕ সাইਕੋਲੋਜੀ ਹੁੰਦੀ ਆ ਤੁਹਾਡੇ ਦਿਮਾਗ ਦੇ ਵਿੱਚ ਚੀਜ਼ਾਂ ਪੈਦਾ ਹੁੰਦੀਆਂ ਰਹਿੰਦੀਆਂ ਤੇ ਉਹ ਮੇਰੇ ਦਿਮਾਗ ਚ ਪੈਦਾ ਹੋਈ ਕਿ ਵੀ ਤੈਨੂੰ ਕੁਝ ਵੀ ਹੋ ਸਕਦਾ ਭੜੇ ਭੜੇ ਖਿਆਲ ਆਉਣ ਲੱਗੇ ਨੈਗੇਟਿਵ ਖਿਆਲ ਆਉਣ ਲੱਗੇ ਤਾਂ ਉਹਨਾਂ ਨੂੰ ਓਵਰਕਮ ਕਿੱਦਾਂ ਕੀਤਾ ਮੈਂ ਮੈਡੀਟੇਸ਼ਨ ਕਰਨ ਲੱਗਿਆ ਮੈਡੀਟੇਸ਼ਨ ਕਰਨ ਲੱਗਿਆ ਤਾਂ ਮੈਂ ਮੈਡੀਟੇਸ਼ਨ ਦੇ ਨਾਲ ਨਾਲ ਮੈਨੂੰ ਰਿਕਵਰੀ ਹੋਣ ਲੱਗੀ ਬਹੁਤ ਜ਼ਿਆਦਾ ਹੀਲਿੰਗ ਹੋਣ ਲੱਗੀ ਹੈ ਨਾ ਤੇ ਮੈਨੂੰ ਸਮਝ ਆਉਣ ਲੱਗੀ ਲੋਕਾਂ ਦੀ ਤਾਂ ਮੈਨੂੰ ਇੱਕ ਟਾਈਮ ਤੇ ਇਦਾਂ ਲੱਗਣ ਲੱਗਿਆ ਵੀ ਇਹ ਸਾਰਾ ਸਮਾਜ ਹੀ ਮਤਲਬ ਫੇਕ ਆ ਫਿਰ ਮੈਂ ਨਹੀਂ ਵਾਪਸ ਆਇਆ ਨਹੀਂ ਮੈਂ ਰਹਿਣਾ ਇੱਥੇ ਲੇਕਿਨ ਇਸ ਲੈਵਲ ਤੇ ਪਹੁੰਚ ਗਈ ਮੈਂ ਡੇਢ ਘੰਟਾ ਮੈਡੀਟੇਸ਼ਨ ਕਰ ਲੈਂਦਾ ਸੀਗਾ ਰੂਬੀਨਾ ਰੁਕੇ ਮਤਲਬ ਮੈਨੂੰ ਡੇਢ ਘੰਟਾ ਅੱਖ ਨਹੀਂ ਖੁੱਲਦੀ ਸੀ ਮੇਰੀ ਤਾਂ ਮੈਂ ਇੰਨਾ ਦੂਰ ਚਲੇ ਜਾਂਦਾ ਸੀ ਫਿਰ ਮੈਂ ਕਿਹਾ ਨਹੀਂ ਯਾਰ ਮੈਂ ਐਸਾ ਇੱਥੇ ਰਹਿਣਾ ਵੀ ਇੰਨਾ ਨਹੀਂ ਮੈਂ ਹੋਣਾ ਹੈਗਾ ਹਨਾ ਦਨ ਵਾਪਸ ਸੈਟਿੰਗ ਕੀਤੀ ਸਾਰੀ ਜ਼ਿੰਦਗੀ ਦੀ ਤੇ ਉਹ ਤੋਂ ਬਾਅਦ ਫਿਰ ਮੈਂ ਦੌੜਨਾ ਸ਼ੁਰੂ ਕੀਤਾ ਮਤਲਬ ਹੁਣ ਮੈਂ ਸੈਟ ਆ ਓਕੇ ਆ ਤਾਂ ਮੈਂ ਦੌੜਨਾ ਸ਼ੁਰੂ ਕੀਤਾ ਤਾਂ ਮੈਂ ਸਤੰਬਰ ਦੇ ਵਿੱਚ ਆ ਕੇ ਟ੍ਰੈਡਮਿਲ ਦੇ ਉੱਪਰ ਦੌੜਨਾ ਸ਼ੁਰੂ ਕੀਤਾ ਫਿਰ 17-18 ਦੀ ਸਪੀਡ ਤੇ ਦੌੜਨ ਲੱਗ ਗਿਆ ਸੀ। ਓਕੇ। ਸੋ ਇਦਾਂ ਮੈਂ ਰਿਕਵਰ ਕੀਤਾ 0 ਤੋਂ ਸਟਾਰਟ ਕਰਕੇ ਉਹ ਤੇ ਫਿਰ ਮੈਂ ਫਿਰ ਮੈਂ ਕਿੱਕਲੀ ਫਿਲਮ ਅਸੀਂ ਕੀਤੀ ਸ਼ੂਟ। ਹੂੰ ਹੂੰ। ਉਹਦੇ ਵਿੱਚ ਮੇਰ ਨਾਲ ਬਾਂਮੀ ਕਾ ਗੱਬੀ ਮੰਡੀ ਦੋ ਐਕਟਰਸ ਤੇ ਉਹ ਅਸੀਂ ਸ਼ੂਟ ਕਰੀ। ਸੋ ਉਹ ਤੋਂ ਬਾਅਦ ਉਹ ਤੋਂ ਬਾਅਦ ਸ਼ੂਟ ਹੋਈ। ਓਕੇ। ਸੋ ਇਹ ਫਿਲਮ ਜਿਹੜੀ ਤੁਹਾਡੀ ਕਿੱਕਲੀ ਇਹ ਕਦੋਂ ਰਿਲੀਜ਼ ਹੋਣੀ ਕਿਉਂਕਿ ਆਈ ਐਮ ਸ਼ੋਰ ਇਹ ਰੈਡੀ ਹੋ ਚੁੱਕੀ ਆ। ਹਾਂਜੀ ਇਹ ਰੈਡੀ ਹੋ ਚੁੱਕੀ ਆ। ਇਹ ਬਸ ਆਪਾਂ ਸੋ ਹੋ ਜੀ ਵੀ ਥੋੜੇ ਜਿਹਾ ਇੱਕ ਦੋ ਕੰਮ ਚੱਲਦੇ ਨੇ ਸਾਡੇ ਬੈਕ ਤੇ ਉਹ ਖਤਮ ਹੋ ਜਾਣੇ ਚਾਹੀਦੇ ਆਪਾਂ ਡੇਟ ਅਨਾਉਂਸ ਕਰਾਂਗੇ ਠੀਕ ਆ ਜੀ ਸੋ ਹੁਣ ਤੁਸੀਂ ਇੰਨੇ ਟਫ ਸਿਚੁਏਸ਼ਨ ਦੇ ਵਿੱਚੋਂ ਲੰਘਿਓ ਸਟੋਰੀ ਰਾਈਟਰ ਵੀ ਹੋ ਤੁਹਾਨੂੰ ਲੱਗਦਾ ਕਿ ਤੁਹਾਡੀ ਸਟੋਰੀ ਰਾਈਟਿੰਗ ਦੇ ਵਿੱਚ ਵੀ ਇਸ ਹਾਦਸੇ ਨਾਲ ਫਰਕ ਪੈ ਸਕਦਾ ਨਹੀਂ ਸਟੋਰੀ ਉਸ ਤਰ੍ਹਾਂ ਦੀਆਂ ਲਿਖੋਗੇ ਪੋਜ਼ਿਟਿਵ ਹਾਂ ਨਹੀਂ ਮੈਂ ਵੈਸੇ ਮੈਂ ਇੱਕ ਬੁੱਕ ਲਿਖ ਬੁੱਕ ਲਿਖ ਰਿਹਾ ਆ ਆਪਣੇ ਤੇ ਕਿਉਂਕਿ ਜਿੱਦਾਂ ਮੈਂ ਦਾ ਮੈਂ ਸਰਵਾਈਵ ਕੀਤਾ ਨਾ ਬਿਕੋਜ਼ ਆ ਮੇਰੇ ਮੈਂ ਇਹ ਸੋਚਦਾ ਵੀ ਜਿਹੜੇ ਜਿਹੜੇ ਸਾਰੇ ਪਿੰਡਾਂ ਦੇ ਨੇ ਉਹ ਮੇਰੇ ਵਰਗੇ ਨੇ ਮੈਂ ਹੀ ਆ ਕਿਉਂਕਿ ਮੈਂ ਪਿੰਡ ਚੋਂ ਹੀ ਆਇਆ ਤਾਂ ਮੈਨੂੰ ਪਤਾ ਸਾਡੀ ਸਿਚੁਏਸ਼ਨ ਕੀ ਹੁੰਦੀ ਹੈ ਪਿੰਡ ਦੇ ਵਿੱਚ ਬਿੰਡੋ ਅਸੀਂ ਕਿਦਾਂ ਗਰੋ ਕਰਦੇ ਆ ਅਸੀਂ ਚੀਜ਼ਾਂ ਦੇਖ-ਦੇਖ ਕੇ ਸੋਚੀ ਜਾਂਦੇ ਵੀ ਇਦਾਂ ਵੀ ਹੋਣਾ ਚਾਹੀਦਾ ਇਦਾਂ ਵੀ ਹੋਣਾ ਚਾਹੀਦਾ ਤੇ ਜਿਹੜੇ ਪਿੰਡ ਦੇ ਵਿੱਚ ਜਦੋਂ ਹੁਣ ਮੈਂ ਪਹਿਲਾਂ ਪੁਲਿਸ ਜੁਆਇਨ ਕੀਤੀ ਫਿਰ ਉਸ ਤੋਂ ਬਾਅਦ ਫਿਲਮਾਂ ਚ ਆਇਆ ਫਿਰ ਮੇਰੀ ਇੰਜਰੀ ਹੋਈ ਫਿਰ ਮੈਂ ਉਹਨੂੰ ਰਿਕਵਰ ਕੀਤਾ ਫਿਰ ਫਿਲਮਾਂ ਚ ਆਇਆ ਫਿਰ ਮੈਂ ਹੋਰ ਲਿਖਣ ਤੇ ਜ਼ੋਰ ਦਿੱਤਾ ਸੋ ਇਦਾਂ ਕਰ-ਕਰ ਕੇ ਸੋ ਇੱਕ ਮੈਂ ਕਿਤਾਬ ਲਿਖ ਰਿਹਾ ਸ਼ਾਇਦ ਉਹ ਕੰਮ ਆਵੇ ਕਿਸੇ ਦਿਨ ਹੂੰ ਪੰਜਾਬ ਪੁਲਿਸ ਛਲੇ ਵੀ ਹੈਗੀ ਆ ਜਾਂ ਹੁਣ ਫਿਲਮਾਂ ਤੇ ਫੋਕਸ ਕਰ ਰਿਹਾ ਫਿਲਮਾਂ ਤੇ ਫੋਕਸ ਕਰ ਓਕੇ ਜੀ ਸੋ ਹੁਣ ਇਹ ਦੱਸੋ ਕਿ ਆਉਣ ਵਾਲੇ 5 ਸਾਲਾਂ ਚ ਜੋਬਨਪ੍ਰੀਤਾ ਆਪਣੇ ਆਪ ਨੂੰ ਕਿੱਥੇ ਦੇਖਦੇ ਨੇ ਦੇਖੋ ਮੇਰੇ ਪਲਾਨ ਬਹੁਤ ਵਧੀਆ ਨੇ ਰੱਬ ਦੀ ਕਿਰਪਾ ਨਾਲ ਰੱਬ ਸੁੱਖ ਰੱਖੇ ਤਾਂ ਮੈਂ ਇੱਕ ਹੁਣ ਫਿਲਮ ਕਰੂੰਗਾ ਸੁਭਾ ਸਿੰਘ ਹੂੰ ਹੂੰ ਸੁਭਾ ਸਿੰਘ ਫਿਲਮ ਆ 1920 ਲਿਖ ਰਿਹਾ ਜਾਂ ਬਣਾ ਰਿਹਾ ਦੇਖਤੀ ਬਣਾਉਣ ਲੱਗਣਾ ਬਸ ਹੁਣ ਸ਼ੁਰੂ ਕਰਨ ਲੱਗਿਆ ਹੂੰ ਹੂੰ ਉਹ uh, 1920 ਜਦੋਂ ਪਹਿਲੀ ਵਾਰੀ ਇੱਕ ਸਰਦਾਰ ਯੂਐਸਏ ਆਇਆ ਸੀ ਇੰਡੀਆ ਤੋਂ ਹਮਮ ਟ੍ਰੂ ਟ੍ਰੂ ਇਵੈਂਟਸ ਤੇ ਆ ਬਿਕੋਜ਼ ਅਸੀਂ ਅੱਜ ਦਾ ਸਮਾਂ ਦਿਖਾ ਦਿੰਨੇ ਆ ਤੁਹਾਨੂੰ ਸਟੂਡੈਂਟ ਲਾਈਫ ਔਕੀ ਲੱਗਦੀ ਆ ਅਸੀਂ ਕੰਮ ਕਰਦੇ ਇਨੇ ਇਨੇ ਘੰਟੇ ਪਰ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਪੰਜਾਬੀ ਹੈ ਹੀ ਨਹੀਂ ਸੀ ਜਦੋਂ ਪਹਿਲਾ ਇੱਕ ਸਿੱਖ ਸਰਦਾਰ ਆਇਆ ਸੀ ਤਾਂ ਕਿੱਦਾਂ ਉਹਨੇ ਸਰਵਾਈਵ ਕੀਤਾ ਹੂੰ ਕਿਦਾਂ ਉਹਨੂੰ ਕੀ ਕੀ ਦੇਖਣਾ ਪਿਆ ਉਹ ਮੈਂ ਲਿਖ ਲਈ ਫਿਰ ਮੋਦੇ ਤੇ ਅਸੀਂ ਕੰਮ ਕਰ ਲੱਗੇ ਤੇ ਇਹ ਕਦੋਂ ਤੱਕ ਰਿਲੀਜ਼ ਹੋਊਗੀ ਫਿਲਮ ਇਹ ਆਪਾਂ ਕਰਾਂਗੇ 2022 ਦੇ ਐਂਡ ਤੱਕ ਪਲਾਨ ਕਰਦੇ ਹਾਂ ਹੂੰ ਨਾਈਸ ਇੰਟਰਸਟਿੰਗ ਸੋ ਹੁਣ ਮੈਨੂੰ ਇਹ ਦੱਸੋ ਕਿ ਜੇ ਜੋਬਨਪ੍ਰੀਤ ਨੂੰ ਫਿਲਮਾਂ ਦੇ ਵਿੱਚ ਐਕਟਰਸ ਆਪਣੀ ਪਸੰਦ ਦੀ ਚੂਜ਼ ਕਰਨੀ ਪਈ ਜਸਟ ਅ ਫਨ ਕੁਐਸਚਨ ਮੈਂ ਪਤਾ ਤੁਸੀਂ ਵਾਮਿਕਾ ਗੱਬੀ ਨਾਲ ਵੀ ਕੰਮ ਕਰ ਚੁੱਕੇ ਹੋ ਮੈਂਡੀ ਤੱਕਰ ਨਾਲ ਵੀ ਕੰਮ ਕਰ ਚੁੱਕੇ ਹੋ ਜੇ ਆਪਣੀ ਪਸੰਦ ਦੀ ਕਿਸੇ ਹੋਰ ਐਕਟਰਸ ਨਾਲ ਕੰਮ ਕਰਨਾ ਹੋਵੇ ਤਾਂ ਕਿਹੜੇ ਨੂੰ ਪਿਕ ਕਰੋ ਪਸੰਦ ਦੀਆਂ ਤਾਂ ਬਹੁਤ ਨੇ ਪਰ ਮੈਨੂੰ ਹੁਣ ਇਹ ਲੱਗਦਾ ਵੀ ਮੈਨੂੰ ਮੇਰਾ ਜੇ ਪੰਜਾਬੀ ਇੰਡਸਟਰੀ 'ਚ ਆਪਾਂ ਕਰ ਗਏ ਤਾਂ ਮੇਰਾ ਦਿਲ ਆ ਵੀ ਮੈਂ ਨਿਮਰਤ ਖਹਿਰਾ ਨਾਲ ਕੰਮ ਕਰਾਂ ਹਾਂ ਨਾ ਕੋਈ ਫਿਲਮ ਉਹ ਨਿਮਰਤ ਖਹਿਰਾ ਨਾਲ ਕਰਾਂ ਕਿਉਂਕਿ ਉਹਨਾਂ ਨੇ ਆ ਇਹ ਜੱਜ ਪੰਜਾਬ ਵਿੱਚ ਬਹੁਤ ਸੋਹਣਾ ਉਹਨਾਂ ਦਾ ਬੋਲਣ ਦਾ ਤਰੀਕਾ ਕਿਹੜਾ ਡਾਇਲੋਗ ਸੁਣਾਰੇ ਮਤਲਬ ਵਧੀਆ ਬਹੁਤ ਵਧੀਆ ਕੰਮ ਕੀਤਾ ਸੀ ਉਹਨਾਂ ਨੇ ਸੋ ਮੇਰਾ ਇਹੀ ਅੱਛਾ ਕਿ ਮੈਂ ਉਹਨਾਂ ਨਾਲ ਕੋਈ ਫਿਲਮ ਕਰਾਂਗੇ ਤੇ ਯਾ ਤੇ ਫਿਰ ਕੋਈ ਆਪਣਾ ਫੇਮਸ ਜਾਂ ਫੇਵਰੇਟ ਡਾਇਲੋਗ ਸੁਣਾ ਦੋ ਫੇਵਰੇਟ ਡਾਇਲੋਗ ਤਾਂ ਬਹੁਤ ਨੇ ਹੁਣ ਮੈਂ ਕਿਹੜਾ ਨਵੀਂ ਫਿਲਮ ਦਾ ਸੁਣਾਵਾਂ ਜਾਂ ਤੁਹਾਨੂੰ ਪੁਰਾਣੀ ਦਾ ਸੁਣੀ ਹੋਈ ਦਾ ਸੁਣਾਵਾਂ ਤੁਹਾਡੀ ਮਰਜ਼ੀ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਅੱਛਾ ਮੈਂ ਜਿਹੜੀ ਹੁਣ ਸੁਭਾ ਸਿੰਘ ਆ ਉਹਦਾ ਮੈਂ ਤੁਹਾਨੂੰ ਦੱਸਦਾ ਇੱਕ ਦੋ ਚੀਜ਼ਾਂ ਦੱਸ ਦਿੰਨਾ ਤਾਂ ਉਹਦੇ ਉਹ ਫਿਲਮ ਦੇ ਵਿੱਚ ਅ ਕੈਲੋ ਵੀ ਉਹ ਪੁੱਛਦਾ ਉਹਨੂੰ ਕਹਿੰਦਾ ਵੀ ਕਹਿੰਦਾ ਤੁਸੀਂ ਜਿਹੜਾ ਉਹਦੇ ਵਰਕਰ ਨੇ ਬੰਦੇ ਤੇ ਜਿਹੜੇ ਆਪਣਾ ਸੁਭਾ ਸਿੰਘ ਉਹਦੇ ਵਰਕਰ ਨੇ ਜਿਹੜੇ ਉਹਦੇ ਨਾਲ ਕੰਮ ਕਰਦੇ ਉਹਨੂੰ ਪੁੱਛਦੇ ਨੇ ਕਹਿੰਦੇ ਵੀ ਤੂੰ ਪੱਗ ਕਿਉਂ ਬੰਨਦਾ ਵੀ ਵਾਈ ਯੂ ਟਾਈਂਗ ਅ ਪੀਸ ਆਫ ਕਲੋਥ ਓਕੇ ਗੋਰੇ ਪੁੱਛਦੇ ਹੁੰਦਾ ਹਾਂ ਉਹ 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 ਉਹਦੋਂ ਦੇਖਦਾ ਉਦੇ ਕੋਲ ਜਾਂਦਾ ਉਹ ਨੂੰ ਕਹਿੰਦਾ ਕੰਦੀ ਇਸ ਨਾਟ ਅ ਪੀਸ ਆਫ ਕਲੋਥ ਥਿਸ ਇਸ ਦਾ ਹੈਂਡ ਆਫ आवर ਗੁਰੂ ਔਨ ਮਾਈ ਹੈਡ ਹਮ ਤੇਰ ਉਥੋਂ ਫਿਰ ਕਹਾਣੀ ਫਿਲ ਫਿਲਮ ਦੇ ਵਿੱਚ ਫਲੈਸ਼ ਵੱਖ ਜਾਊਗੀ ਤਾਂ ਇਹ ਸੀਨ ਆ ਇਸਟਾਰਟਿੰਗ ਓਪਨਿੰਗ ਸੀਨ ਆ ਨਹੀਂ ਨਹੀਂ ਇਹ ਮਿਡਲ ਦੇ ਵਿੱਚ ਆ ਉਹ ਇਹ ਇਹਦੇ ਵਿੱਚ ਨਾ ਉਹਦਾ ਬਾਪ ਉਹਦੇ ਪੱਗ ਬਨ ਰਿਹਾ ਹਮ ਬਲਕ ਆਨ ਵਾਈਡ ਸੀਨ ਹੋਊਗਾ ਤਾਂ ਉਹ ਕਹਿ ਰਿਹਾ ਪਹਿਲਾ ਲੜ ਸਚਾਈ ਦੇ ਨਾਮ ਦੂਜਾ ਲੜਾ ਇਮਾਨਦਾਰੀ ਦੇ ਨਾਮ ਤੀਜਾ ਲੜ ਸਰਬੱਤ ਦੇ ਭਲੇ ਦੇ ਨਾਮ ਕਹਿੰਦਾ ਚੌਥਾ ਲੜੋਸਾ ਕਾਲਪੁਰਖ ਦੇ ਨਾਮ ਜਿਹਨੇ ਕਹਿੰਦਾ ਤੈਨੂੰ ਇਹ ਬਖਸ਼ਿਸ਼ ਦਿੱਤੀ ਹੈ ਕਹਿੰਦਾ ਇੱਥੋਂ ਜ਼ਿੰਮੇਵਾਰੀ ਤੇ ਦੁਕਣੀ ਹੋਗੀ ਹੂੰ ਸੋ ਇਦਾਂ ਦੀ ਇੰਟਰਸਟਿੰਗ ਕਨਸੈਪਟ ਵਾਹ ਉਹ ਕਹਿੰਦਾ ਤੇ ਉਹ ਫਿਰ ਅੱਗੇ ਵਧਦੇ ਹੁਣ ਸਾਰਾ ਤੁਹਾਡਾ ਸੁਣਾਣਾ ਠੀਕ ਹੈ ਜੀ ਪਰ ਰਜਿਸਟਰਡ ਆ ਮੈਂ ਦੱਸ ਦਵਾਂ ਕੁਝ ਪੰਗਾ ਨਾ ਲਵੇ ਤੇ ਭੋਲੀ ਵਾਲਾ ਡਾਇਲੌਗ ਹੋਣੀ ਸੁਣਾਣਾ ਕਿਹੜਾ ਭੋਲਿਆ ਉਹ ਨਹੀਂ ਕਿੱਥੇ ਦੀ ਭੋਲੀ ਪੋਲੇੜਾ ਤੇ ਪੋਲੇੜਾ ਤਾਂ ਬਹੁਤ ਨੇ ਮੁਕੋਲ ਸੀਗੀ ਤੁਹਾਡਾ ਇਹ ਕੋਈ ਡਾਇਲੋਗ ਪੋਲੇ ਫੌਜੀ ਤਲਵੰਡੀ ਵਾਲੀ ਭੋਲੀ ਤਲਵੰਡੀ ਵਾਲੀ ਭੋਲੀ ਤਲਵੰਡੀ ਵਾਲੀ ਭੋਲੀ ਇਹ ਸਮਥਿੰਗ ਡਾਇਲੋਗ ਤੁਹਾਡਾ ਕਾਫੀ ਫੇਮਸ ਸੀ ਅ ਉਹ ਅੱਛਾ ਉਹਦੇ ਪਹਿਲੇ ਫਿਲਮ ਚ ਸੀਗਾ ਉਹ ਤਲਵੰਡੀ ਵਾਲੀ ਬੋਲੀ ਹੈ ਕਿਹੜੀ ਚੱਕੀ ਦਾ ਆਟਾ ਖਾਨੀ ਹੈ ਨਿਰੰਦਰ ਉਹਦੇ ਨਾਲ ਮੋਟੀ ਨਿਖਰੀ ਜਾਂ ਨਹੀਂ ਆ ਇਤਾਂ ਦਾ ਸੀ ਕੁਝ ਮੇਰੇ ਹੁਣ ਪ੍ਰੋਪਰ ਯਾਦ ਨਹੀਂ ਉਹ ਬਹੁਤ ਪੁਰਾਣਾ ਹੋ ਗਿਆ ਕਿਉਂਕਿ ਉਹ ਇੰਜਰੀ ਤੋਂ ਬਾਅਦ ਮੈਂ ਥੋੜਾ ਜਿਆਹਾ ਹੋ ਗਿਆ ਮੈਨੂੰ ਪੁਰਾਣੀ ਚੀਜ਼ਾਂ ਘੱਟ ਯਾਦ ਰਹਿੰਦੀਆਂ ਹੂੰ ਅੱਛਾ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਪੁਰਾਣੀ ਮੈਮਰੀਜ਼ ਵੀ ਫੇਡ ਹੋ ਰਹੀਆਂ ਨੇ ਮਤਲਬ ਨਹੀਂ ਫੇਡ ਨਹੀਂ ਹੋ ਰਹੀਆਂ ਮੈਂ ਸਟ्रेस ਘੱਟ ਦਿੰਨਾ ਦਿਮਾਗ ਤੇ ਮੈਂ ਸੋਚਾਂ ਉਹਨੂੰ ਹੂੰ ਮੈਂ ਨਵੀਂ ਤੇ ਅੱਗੇ ਹੀ ਵਧਦਾ ਹੁਣ ਪੋਜ਼ਿਟਿਵ ਹੀ ਸੋਚਦਾ ਪੁਰਾਣੀਆਂ ਨੂੰ ਖਤਮ ਕਰੀਏ ਮੈਨੂੰ ਇਹ ਜਾਂਦਾ ਹੋਰ ਕਿਹੜੀਆਂ ਕਿਹੜੀਆਂ ਫਿਲਮ ਅ ਸੂਬਾ ਸਿੰਘ ਕਰਨ ਲੱਗਿਆ ਹਮ ਇੱਕ ਇੱਕ ਹੈਗੀ ਲਫੈਂਡ ਹਮ ਹਮ ਲਫੈਂਡ ਵੀ ਮੈਂ ਇੰਡੀਆ ਸ਼ੂਟ ਕਰਨੀ ਆ ਲਫੈਂਡ 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 ਫਿਲਮ ਲਫੈਂਡ ਹੁੰਦਾ ਨਾ ਲਫੰਗਾ ਆਪਾਂ ਕਹਿੰਦੇ ਆ ਅੱਛਾ ਹਾਂ ਜੀ ਪਿੰਡਾਂ ਦੇ ਵਿੱਚ ਆਪਣਾ ਇੱਕ ਫੇਮਸ ਹੁੰਦਾ ਵੀ ਉਹ ਚਾਹੋ ਲਫੈਂਡ ਜਿਆਨਾ ਹੋਵੇ ਬੁੜੇ ਆਪਣੇ ਅਕਸਰ ਕਹਿੰਦੇ ਨੇ ਪਿੰਡਾਂ ਸਾਨੂੰ ਲਫੈਂਡ ਜਿਆਨਾ ਹੋਵੇ ਤਾਂ ਉਹ ਲਫੈਂਡ ਆ ਵਾ ਸੋ ਬੰਦਾ ਓਕੇ ਉਹ ਸਾਰੇ ਪਿੰਡ ਦਾ ਹੀ ਲਫੈਂਡ ਆ ਤੇ ਉਹ ਲਫੈਂਡ ਪਣਾ ਹੀ ਐਂਡ ਤੱਕ ਕਰਦਾ ਹੋ ओके okay, जी ਜਾਣ ਤੋਂ ਪਹਿਲਾਂ ਸਾਡੇ ਲਿਸਨਰਸ ਨੇ ਕੋਈ ਮੈਸੇਜ ਦੇਣਾ ਚਾਹੁੰਦੇ ਆ। ਬੰਮੀ ਹੀ ਮੈਸੇਜ ਦੇਣਾ ਚਾਹੁੰਦਾ ਕਿ ਜ਼ਿੰਦਗੀ ਬਹੁਤ ਛੋਟੀ ਆ ਇਹਨੂੰ ਹੱਸ ਖੇਡ ਕੇ ਜਿਉਣਾ ਚਾਹੀਦਾ ਕਿਸੇ ਤੇ ਕੰਟਰੋਲ ਨਹੀਂ ਕਰਨਾ ਚਾਹੀਦਾ ਕਿਸੇ ਤੇ ਲਾਗੂ ਨਹੀਂ ਹੋਣਾ ਚਾਹੀਦਾ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉਮੋ ਕਿਸੇ ਦੀ ਵਾਲੀ ਸੋਚੋ ਨਾ ਕਿਸੇ ਦੀ ਵਾਲੀ ਪਰਵਾਹ ਨਾ ਕਰੋ ਜੋ ਤੁਹਾਨੂੰ ਸਹੀ ਲੱਗਦਾ ਉਹੀ ਕਰੋ ਕਿਉਂਕਿ ਐਂਡ ਆਫ ਦਾ ਡੇ ਤੁਸੀਂ ਇਕੱਲੇ ਨਹੀਂ ਜਾਣਾ। ਸੋ ਕਿਸੇ ਦੀ ਕੇਅਰ ਵਾਲੀ ਨਾ ਕਰਿਆ ਕਰੋ ਜੋ ਜ਼ਿੰਦਗੀ ਚ ਕਰਨਾ ਉਹੀ ਕਰੋ।